ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਦਿਲਪੁਰ ਢਿੱਲੋ ਤੇ ਅੰਬਰ ਢਾਲੀਵਾਲ ਦੀ ਨਾਲ ਹੀ ਦੋਸਤੋ ਵਿੱਚ ਗੱਲ ਹੋਏਗੀ ਸਿੱਧੂ ਮੂਸੇਵਾਲੇ ਦੀ ਤੁਹਾਨੂੰ ਦੋਸਤੋ ਦੱਸ ਦਿੰਨੇ ਹਾਂ ਦੋਸਤੋ ਅੰਬਰ ਢਾਲੀਵਾਲ ਨੇ ਕਈ ਵਾਰੀ ਇਲਜ਼ਾਮ ਲਾਇਆ ਪੰਜਾਬੀ ਸਿੰਗਰਾਂ ਦੇ ਉੱਪਰ ਕਿ ਉਹ ਸਿੱਧੂ ਮੂਸੇਵਾਲੇ ਦਾ ਨਾਮ ਯੂਜ਼ ਕਰਦੇ ਪਏ ਨੇ ਤੇ ਇਨਡਾਇਰੈਕਟਲੀ ਉਹਨੇ ਇਹ ਵੀ ਇਲਜ਼ਾਮ ਲਾਇਆ ਕਿ ਦਿਲਪੁਰ ਢਿੱਲੋ ਦੋਸਤੋ ਉਹਨਾਂ ਵਿੱਚੋਂ ਇੱਕ ਹੈਗਾ ਕਿਉਂਕਿ ਲਾਈਵ ਸਟੇਜ ਦੇ ਉੱਪਰ ਕਈ ਵਾਰੀ ਥਾਪੀ ਮਾਰ ਚੁੱਕਾ ਕਈ ਵਾਰੀ ਸਿੱਧੂ ਮੂਸੇਵਾਲੇ ਦੇ ਗਾਣੇ ਗਾ ਚੁੱਕਾ ਹੈ ਬਿਲਕੁਲ ਦੋਸਤੋ ਇਦਾਂ ਹੋਇਆ ਤੇ ਕਈ ਵੀਡੀਓਸ ਹੀ ਵਾਇਰਲ ਹੋਈਆਂ ਨੇ ਤੁਹਾਨੂੰ ਦੱਸਦੇ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਈ ਸਿੰਗਰ ਸਾਹਮਣੇ ਆਏ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਲਾਈਵ ਸਟੇਜ ਤੋਂ ਟ੍ਰਿਬਿਊਟ ਦਿੱਤਾ ਟ੍ਰਿਬਿਊਟ ਦੇਣਾ ਕੋਈ ਮਾੜੀ ਗੱਲ ਨਹੀਂ ਹੈਗੀ ਲੇਕਿਨ ਟ੍ਰਿਬਿਊਟ ਦੇ ਨਾਂ ਤੋਂ ਕਿਸੇ ਸਿੰਗਰ ਨੂੰ ਯੂਜ਼ ਕਰਨਾ ਇਹ ਮਾੜੀ ਗੱਲ ਹੈ ਅੰਬਰ ਧਾਲੀਵਾਲ ਦਾ ਇਸ਼ਾਰਾ ਇਸੇ ਤਰ੍ਹਾਂ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਹਨੇ ਤੁਹਾਡਾ ਇੱਕ ਵੀ ਗਾਣਾ ਚੱਲਣ ਨਹੀਂ ਦਿੱਤਾ ਇਹ ਬਿਆਨ ਸੀ ਅੰਬਰ ਧਾਲੀਵਾਲ ਦਾ ਲੇਕਿਨ ਜਦੋਂ ਸਿੱਧੂ ਮੂਸੇਵਾਲੇ ਡੈਥ ਹੋ ਚੁੱਕੀ ਹੈ ਹੁਣ ਤੁਸੀਂ ਉਹਦਾ ਨਾਮ ਲੈ ਕੇ ਅੱਗੇ ਆ ਰਹੇ ਹੋ ਤੇ ਆਪਦੇ ਗਾਣੇ ਚਲਵਾ ਰਹੇ ਹੋ ਜਦਕਿ ਜਦੋਂ ਜ਼ਿੰਦਾ ਸੀ ਉਦੋਂ ਕੋਈ ਵੀ ਉਹਨੂੰ ਸਪੋਰਟ ਕਰਕੇ ਰਾਜ਼ੀ ਨਹੀਂ ਹੈਗਾ ਸੀ ਇਸੇ ਗੱਲ ਦਾ ਗੁੱਸਾ ਕੱਟਿਆ ਅੰਬਰ ਧਾਲੀਵਾਲ ਨੇ ਉਹਨਾਂ ਸਿੰਗਰਾਂ ਦੇ ਉੱਪਰ ਜਿਹੜੇ ਸਿੱਧੂ ਮੂਸੇਵਾਲਾ ਦਾ ਨਾਮ ਲੈ ਕੇ ਅੱਗੇ ਚੱਲਦੇ ਪਏ ਨੇ ਨਾਲ ਹੀ ਦੋਸਤੋ ਗੱਲ ਕਰਨ ਜਾ ਰਿਹਾ ਕਰਨ ਔਜਲਾ ਦੇ ਕਰਨ ਔਜਲਾ ਵੱਲੋਂ ਦੋਸਤੋ ਵੱਡਾ ਇਨਾਨ ਕੀਤਾ ਗਿਆ ਸੀ ਕਿ ਉਹ ਦੋ ਗਾਣੇ ਰਿਲੀਜ਼ ਕਰੇਗਾ ਜਿੰਦੇ ਵਿੱਚ ਇੱਕ ਗਾਣਾ ਦੋਸਤੋ ਕਾਫੀ ਜ਼ਿਆਦਾ ਵੇਟ ਕੀਤੀ ਜਾ ਰਹੀ ਜਿੰਦੀ ਉਹ ਹੈਗਾ ਉੱਤੇ ਦੇਖ ਦੂਸਰਾ ਗਾਣਾ ਕਰਨ ਔਇਲਾ ਵੱਲੋਂ ਸਰਪ੍ਰਾਈਜ਼ ਦੇ ਤੌਰ ਤੇ ਰਿਲੀਜ਼ ਕੀਤਾ ਜਾਏਗਾ ਇਸ ਗਾਣੇ ਦਾ ਨਾਮ ਹੈਗਾ ਵਾਟ ਯੂ ਟਾਕ ਅਬਾਊਟ ਤੇ ਇਹ ਗਾਣੇ ਛੇਤੀ ਰਿਲੀਜ਼ ਕਰਤੇ ਜਾਣਗੇ ਜਿੰਦੀ ਕਨਫਰਮੇਸ਼ਨ ਦੋਸਤੋ ਦੀਪ ਰਹਿਾਨ ਨੇ ਆਪਦੀ ਪ੍ਰੋਫਾਈਲ ਤੋਂ ਦੇ ਦਿੱਤੀ